ਐਵੇਂ ਤੈਨੂੰ ਅਫਸੋਸ ਤਾਂ ਬੜਾ ਹੁੰਦਾ ਹੁਣ। ਕਾਹਦਾ? ਜੇ ਤੇਰਾ ਕਿਤੇ ਪੰਗਾ ਪੈ ਜੇ ਤੂੰ ਉੱਥੇ ਮੁੱਛ ਮਰੋੜ ਕੇ ਨਹੀਂ ਜਾ ਸਕਦੀ, ਜੱਟ ਦੀ ਮੁੱਛ ਦਾ ਸਵਾਲ ਆ ਓਏ। ਐਵੇਂ ਤੂੰ ਕੱਪੜੇ ਬੜੇ ਸੋਹਣੇ ਧੋਣਾ, ਹੁਣ ਅਸੀਂ ਤੇਰਾ ਵਿਆਹ ਹੀ ਨਹੀਂ ਕਰਨਾ। ਉਹ ਫਿਟੇ ਮੂੰਹ, ਮੈਂ ਕੰਮ ਕਰਕੇ ਦਿਖਾਉਣ ਡਿਆ ਮੇਰਾ ਵਿਆਹ ਕਰਨਗੇ, ਕਹਿੰਦੇ ਵਿਆਹ ਹੀ ਨਹੀਂ ਕਰਨਾ। ਮੰਮੀ ਆ ਤਿੰਨ ਫੋਨ ਚੇਂਜ ਕਰ ਲਿਆ ਹੈ ਤੇ ਫੋਟੋ ਨਹੀਂ ਸੋਹਣੀ ਆਉਣ ਲੱਗੀ। ਤੂੰ ਐ ਕਰ ਇੱਕ ਵਾਰੀ ਮੂੰਹ ਹੀ ਧੋ ਕੇ ਵੇਖ ਲਾ। ਗਵਾਂਢੀਆਂ ਦੇ ਜਵਾਕ ਦੇਖ ਕੇ ਮੇਰਾ ਵੀ ਜੀ ਕਰਦਾ ਮੈਂ ਵਿਆਹ ਕਰਾ ਲਵਾਂ। ਮੇਰੇ ਜਵਾਕ ਵੀ ਸਕੂਲੇ ਜਾਇਆ ਕਰਨਗੇ, ਜਦੋਂ ਪੜ੍ਹ ਕੇ ਨਾ ਆਇਆ ਕਰਨਗੇ, ਉਹਨਾਂ ਦੀ ਮੈਡਮ ਉਹਨਾਂ ਨੂੰ ਕਿਹਾ ਕਰੂ ਕੱਲ ਨੂੰ ਤੁਹਾਡੇ ਬਾਪੂ ਦਾ ਨੰਬਰ ਲੈ ਕੇ ਆਇਓ। ਹ